ਤਾਰੂ ਸਿੰਘ ਦਾ ਉਹਨਾਂ ਦਾ ਖੋਪਰ ਇੱਥੋਂ ਫੜ ਲਿਆ ਗਿਆ, ਰੰਬੀ ਰੱਖ ਦਿੱਤੀ ਗਈ, ਕਿਉਂਕਿ ਉਹ ਇੱਕੋ ਦਮ ਸ਼ਹੀਦ ਨਹੀਂ ਕਰਨਾ ਚਾਹੁੰਦੇ ਸਨ ਭਾਈ ਤਾਰੂ ਸਿੰਘ ਜੀ ਨੂੰ, ਉਹ ਉਹਨਾਂ ਦੇ ਦਰਦ ਨੂੰ ਲੰਬਾ ਖਿੱਚਣਾ ਚਾਹੁੰਦੇ ਸਨ। ਪੜ੍ਹੋ ਤੁਸੀਂ ਭਾਈ ਤਾਰੂ ਸਿੰਘ ਜੀ ਦਾ ਜੀਵਨ, ਕਮਾਲ ਹੋ ਗਈ ਜੀ। ਤੁਸੀਂ ਦੇਖੋ ਤੇ ਸਹੀ, ਉਮਰ ਦੇਖੋ ਉਹਨਾਂ ਦੀ ਉਮਰ ਭਾਈ ਤਾਰੂ ਸਿੰਘ ਜੀ ਦੀ, 1720 ਦਾ ਜਨਮ ਹੈ ਜੀ, ਤੁਸੀਂ ਆਪ ਕਾਊਂਟਿੰਗ ਕਰਿਓ, 1720 ਦਾ ਜਨਮ ਤੇ ਸ਼ਹੀਦ ਹੁੰਦੇ ਨੇ 1745 ਦੇ ਵਿੱਚ, 25 ਸਾਲਾਂ ਦੀ ਉਮਰ 'ਚ। ਹਰ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਦੇ ਨਾਮ ਦਾ ਵਾਹਿਗੁਰੂ ਬੋਲਿਆ ਜਾ ਰਿਹਾ। 25 ਸਾਲਾਂ 'ਚ ਐਡਾ ਰੁਤਬਾ, ਐਡੀ ਕਮਾਲ ਜੀ, ਐਡੀ ਸ਼ਖਸੀਅਤ, ਜਿਨ੍ਹਾਂ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦਾ ਧਿਆਨ ਧਰਕੇ ਬੋਲੋ ਜੀ। ਭਾਈ ਤਾਰੂ ਸਿੰਘ ਜੀ ਨੂੰ ਹਰ ਇੱਕ ਆਲ ਵਰਲਡ ਗੁਰੂ ਘਰ ਵਿੱਚ ਰੋਜ਼ 2-3 ਵਾਰ ਯਾਦ ਕਰ ਰਿਹਾ, ਉਮਰ ਹੈ 25 ਸਾਲਾਂ ਦਾ, ਹੈ ਨਾ ਕਮਾਲ ਜੀ। ਖੋਪੜ ਲਾ ਦਿੱਤਾ ਗਿਆ, ਖੋਪੜ ਲਾਉਣ ਦਾ ਤੁਸੀਂ ਆਪਾਂ ਤੇ ਨਾ ਜੀ, ਮੈਂ ਮਹਿਸੂਸ ਕੀਤਾ ਵੀ ਕੋਈ ਵੀ ਚੀਜ਼ ਲਿਖੀ ਹੁੰਦੀ ਹੈ ਨਾ, ਅਸੀਂ ਉਹਨੂੰ ਪੜ੍ਹ ਲੈਂਦੇ ਹਾਂ ਵੀ ਅਸੀਂ ਪੜ੍ਹ ਲਿਆ ਜੀ, ਯਾਦ ਹੋ ਗਈ ਜੀ। ਨਹੀਂ ਪਿਆਰ ਵਾਲੇ, ਉਹਦੇ ਵਿੱਚ ਉਤਰਨਾ ਹੁੰਦਾ ਹੈ, ਉਹਦੇ 'ਚ ਉਤਰਨਾ ਹੁੰਦਾ ਹੈ। ਸਾਡਾ ਬੱਚਾ ਲਾਲਚੀ ਹੋਵੇ, ਉਹਨੂੰ ਕਹੀ ਯਾਰ ਤੂੰ ਸਕੂਲ 'ਚ ਪੜ੍ਹਦਾ ਨਹੀਂ ਤੂੰ, ਉਹ ਕਹਿੰਦਾ ਮੈਨੂੰ ਯਾਦ ਹੈ ਜੀ, ਲੈਸਨ ਯਾਦ ਹੈ ਜੀ, ਲਾਲਚ ਬੁਰੀ ਬਲਾ ਹੈ। ਕੁੱਤਾ ਸੀ, ਕੁੱਤੇ ਨੇ ਖੂਹ 'ਚ ਪਾਣੀ ਵੇਖਿਆ, ਉਹਦੇ ਮੂੰਹ ਦੀ ਖੁਰਾਕ ਜਦੋਂ ਉਹ ਸਾਹਮਣੇ ਵਾਲੇ ਪਾਣੀ 'ਚ ਕੁੱਤੇ ਦੀ ਪਰਛਾਈ ਵੇਖੀ, ਉਹਨੂੰ ਲੱਗੇ ਕੁੱਤਾ ਹੋਰ ਹੈ, ਭੌਂਕਿਆ ਅਤੇ ਉਹਦੀ ਖੁਰਾਕ ਪਾਣੀ 'ਚ ਡਿੱਗ ਗਈ। ਬੱਚੇ ਨੂੰ ਸਾਖੀ ਸਾਰੀ ਯਾਦ ਹੈ, ਪਰ ਬੱਚਾ ਸਾਡਾ ਬਹੁਤ ਲਾਲਚੀ ਹੈ। ਇਹਦਾ ਮਤਲਬ ਨੇ ਚੀਜ਼ ਤਾਂ ਰਿਪੀਟ ਕਰ ਕਰਕੇ ਯਾਦ ਕਰ ਲਈ, ਪਰ ਸੁਭਾਅ ਚੇਂਜ ਨਹੀਂ ਕੀਤਾ। ਅਸੀਂ ਨਾ ਇਤਿਹਾਸ ਨੂੰ ਰੱਟਾ ਲਾ ਲਿਆ ਜੀ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਪੜ੍ਹ ਲਿਆ ਜੀ, ਸੁਣ ਲਿਆ ਜੀ, ਸੁਣਾ ਲਿਆ ਜੀ, ਪਰ ਇਤਿਹਾਸ 'ਚੋਂ ਅਹਿਸਾਸ ਪੈਦਾ ਨਹੀਂ ਕੀਤਾ, ਫੀਲ ਨਹੀਂ ਕੀਤਾ। ਤੁਸੀਂ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਇਆ ਗਿਆ, ਇਹਨੂੰ ਫੀਲ ਕਰੋ। ਇੱਕ ਹੁੰਦੀ ਹੈ ਆਰੀ, ਧਿਆਨ ਦਿਓ ਤੁਸੀਂ, ਇੱਕ ਹੁੰਦੀ ਹੈ ਆਰੀ। ਜੇ ਲੱਕੜੀ ਨੂੰ ਤੁਸੀਂ ਦੋ ਪਾੜ ਕਰਨਾ, ਜਿਹੜਾ ਭਾਈ ਮਤੀ ਦਾਸ ਜੀ ਦੇ ਸਿਰ 'ਤੇ ਚੱਲਿਆ ਸੀ ਆਰਾ, ਜਦੋਂ ਆਰਾ ਚੱਲਦਾ ਨਾ ਤੁਸੀਂ ਦੇਖਿਓ, ਇਹ ਵਾਰ ਜਾਂਦਾ, ਜਦੋਂ ਵਾਪਸ ਆਉਂਦਾ ਨਾ ਆਰਾ, ਉਹ ਨਾਲ ਲੱਕੜੀ ਦੇ ਥੋੜ੍ਹੇ ਥੋੜ੍ਹੇ ਟੁਕੜੇ ਖਿਲਾਰਦਾ ਜਾਂਦਾ, ਉਹ ਲੱਕੜ ਨੂੰ ਚੀਰਦਾ ਆਉਂਦਾ ਹੈ। ਜਦੋਂ ਆਰਾ ਚੱਲਿਆ ਭਾਈ ਮਤੀ ਦਾਸ ਜੀ 'ਤੇ ਆਰਾ ਐਵੇਂ ਗਿਆ, ਅਤੇ ਜਦੋਂ ਵਾਪਸ ਆਇਆ ਖੂਨ ਦੇ ਫੁਵਾਰੇ ਲੈ ਕੇ ਆਇਆ। ਇਹ ਕਿੱਥੇ ਚੱਲ ਰਿਹਾ? ਸਿਰ ਦੇ ਉੱਤੇ ਚੱਲ ਰਿਹਾ। ਇੱਕ ਹੁੰਦਾ ਆਰਾ ਜਿਹੜਾ ਲੱਕੜੀ ਦੇ ਦੋ ਪਾੜ ਕਰ ਦਿੰਦਾ ਹੈ, ਇੱਕ ਹੁੰਦੀ ਹੈ ਰੰਬੀ। ਬੇਨਤੀ ਵੀ ਸਿਰਫ ਲਿਖਿਆ ਨਾ ਪੜ੍ਹਨਾ, ਉਹ ਪੜ੍ਹੇ ਹੋਏ ਵਿੱਚ ਉਤਰ ਜਾਣਾ, ਮਹਿਸੂਸ ਕਰਨਾ ਸੀ। ਭਾਈ ਤਾਰੂ ਸਿੰਘ ਜੀ ਦੇ ਸਿਰ ਦੇ ਉੱਤੇ ਰੰਬੀ ਫੇਰੀਗੀ। ਰੰਬੀ ਰੰਬੀ ਹੁੰਦਾ ਵੀ ਜੇ ਲੱਕੜ ਹੈ ਨਾ, ਲੱਕੜ 100% ਲੱਕੜ, ਉਹਦਾ ਤੁਸੀਂ 5% ਦੀ ਪਰਤ ਨੂੰ ਉਤਾਰਨਾ, 10% ਦੀ ਪਰਤ, ਉੱਥੇ ਆਰੀ ਨਹੀਂ ਚੱਲੇਗੀ, ਉੱਥੇ ਉਹਨਾਂ ਨੇ ਰੰਬੀ ਰੱਖ ਕੇ ਨਾ ਸੱਟ ਮਾਰਨੀ ਹੈ, ਉਹਦੇ ਨਾਲ ਫਿਰ ਉੱਪਰਲੀ 5% ਪਰਤ ਸੱਟ ਮਾਰੀ ਜਾਵੇਗੀ, ਉਤਰਦੀ ਜਾਏਗੀ। ਭਾਈ ਇੱਥੇ ਰੰਬੀ ਰੱਖੀ ਅਤੇ ਉਹ ਉੱਪਰਲੀ ਪਰਤ ਜਿਵੇਂ ਲੱਕੜ ਦੀ ਛਿਲਕ ਤਾਰਦੇ ਹਾਂ, ਉੱਪਰਲੀ ਪਰਤ ਤਾਰ ਦੇ ਗਏ। ਤੁਸੀਂ ਪੜ੍ਹੋਗੇ ਇਤਿਹਾਸ, ਯਾਦ ਰੱਖੋਗੇ, ਖੋਪੜ ਦੀ ਉੱਪਰਲੀ ਪਰਤ ਨੂੰ ਲੈਣ ਤੋਂ ਬਾਅਦ ਵਿੱਚ ਵੀ ਭਾਈ ਤਾਰੂ ਸਿੰਘ ਜੀ 22 ਦਿਨ ਜਿਉਂਦਾ ਰਹੇ ਸੀ, 22 ਦਿਨ। ਮੈਂ ਤਾਂ ਕਹਿੰਦਾ ਹੁੰਦਾ ਸਾਡੀ ਆ ਕੋਰ ਪੱਕ ਜਾਏ ਨਾ ਜੀ ਉਂਗਲੀ ਦੀ ਥੋੜ੍ਹੀ ਜੀ, ਸਾਡੇ ਕੋਲ ਪੱਗ ਬੰਨਣੀ ਔਖੀ ਹੋ ਜਾਂਦੀ, ਬੀਬੀਆਂ ਭੈਣਾਂ ਕੋਲ ਭਾਂਡੇ ਧੋਣੇ, ਰੋਟੀ ਬਣਾਉਣੀ ਔਖੀ ਹੋ ਜਾਂਦੀ ਆ, ਆ ਜਦੋਂ ਕੋਰ ਪੱਕ ਜਾਏ ਛੋਟੀ ਜੀ।
ਜਿਸ ਗੁਰੂ ਦੇ ਸੂਰਮੇ ਦੀ ਪਰਤ ਲਾ ਦਿੱਤੀ ਗਈ ਜੀ। ਬਿਨਾਂ ਕਿਸੇ ਡਾਕਟਰੀ ਇਲਾਜ ਤੋਂ ਭੁੱਖਾ ਪਿਆਸਾ ਰੱਖਿਆ ਗਿਆ 22 ਦਿਨ ਰਹੇ। ਇੱਕ ਵਾਰੀ ਵੀ ਆਵਾਜ਼ ਨਹੀਂ ਮਾਰੀ ਜੀ ਮੈਂ ਸਿੱਖੀ ਛੱਡਦਾ ਮੇਰੀ ਜਾਨ ਬਖਸ਼ ਦਿਓ। ਇੱਕ ਵਾਰੀ ਵੀ ਆਵਾਜ਼ ਨਹੀਂ ਮਾਰੀ, ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਹੋਰ ਤਸੀਹਾ ਵੱਡਾ ਕਰਨਾ, ਹੋਰ ਤਸੀਹਾ ਵੱਡਾ ਕਰ ਲਓ, ਮੈਂ ਇਮਤਿਹਾਨ ਦੇ ਰਿਹਾ। ਜਿੱਡਾ ਵੱਡਾ ਇਮਤਿਹਾਨ ਪਾਉਂਗੇ ਮੈਂ ਖੁਸ਼ੀ ਮਹਿਸੂਸ ਕਰਾਂਗਾ ਵੀ ਮੈਂ ਉਨੇ ਔਖੇ ਪੇਪਰ ਦੇ ਵਿੱਚੋਂ, ਇਗਜ਼ਾਮ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਆਇਆ। ਇਹੋ ਜਿਹੇ ਸਿੱਖ ਸਨ ਸਾਡੇ, ਇਹ ਜਿਹੇ ਨੂੰ ਅਸੀਂ ਯਾਦ ਕਰਦੇ ਹਾਂ। ਫਿਰ ਅਸੀਂ ਕਰਨਾ ਜੀ ਤੁਲਨਾਤਮਕ ਅਧਿਐਨ ਵੀ ਉਹ ਸਨ ਅਤੇ ਹੁਣ ਅਸੀਂ ਕਿੱਥੇ ਖੜ੍ਹੇ ਹਾਂ, ਸਾਡੇ ਵਿੱਚ ਕੀ ਸਿੱਖੀ ਦਾ ਗੁਣ ਹੈ,